ਠੀਕ ਹੈ ਉਧਰ ਤੋਂ ਵਾਲੇ ਡਾਕੇ ਹੋ ਗਏ ਅੱਛਾ ਤੇ ਹੁਣ ਗੁਰਦਾਸਪੁਰੋਂ ਵੀ ਲੈ ਲੈਣੀ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਹੁਣ ਆਪਾਂ ਅੱਜ ਮਤਲਬ ਚੱਲੇ ਆ ਗਿਫਟ ਦੇਣ ਜਿਹੜੇ ਅਸੀਂ ਦੀਵਾਲੀ ਤੇ ਗਿਫਟ ਕੱਢੇ ਸੀਗੇ ਤੇ ਅਜੇ ਮੈਂ ਘਰੇ ਹੀ ਆ ਤੇ ਹੁਣ ਮੈਂ ਤੇ ਮੰਮੀ ਗਿਫਟ ਲੱਗੇ ਆ ਪੈਕ ਕਰਨ ਤੇ ਤੁਸੀਂ ਵੇਖੋ ਵੀਡੀਓ ਮੰਮੀ ਹੁਣ ਅੱਜ ਲੱਗੇ ਕਰਾਉਣ ਮੇਰੇ ਨਾਲ ਗਿਫਟ ਪੈਕ ਠੀਕ ਹੈ ਜੀ ਮੰਮੀ ਨੂੰ ਤਾਂ ਤੁਸੀਂ ਉਹ ਸੀਰੀਜ਼ ਵਿੱਚ ਵੇਖਿਆ ਹੋਣਾ ਇਸ ਵੀਰ ਤੇ ਜਿਹੜੀ ਅਸੀਂ ਪਾਈ ਸੀਗੀ ਤੇ ਇਹ ਗਿਫਟ ਆ ਤੇ ਹੁਣ ਅਸੀਂ ਲੱਗੇ ਆ ਦੋਵਾਂ ਜਣੇ ਪੈਕ ਕਰਨ ਆ ਤੇ ਅਨਮੋਲ ਘਰ ਹੈ ਨੀਗਾ ਅਨਮੋਲ ਗਿਆ ਵਾ ਸਕੂਲੇ ਤੇ ਹੁਣ ਤੁਸੀਂ ਵੇਖੋ ਵੀਡੀਓ ਅਸੀਂ ਲੱਗੇ ਆ ਕਰਨ ਗਿਫਟ ਪੈਕ असी हुण चले आ बलजिंदर भैन जी घर उन्हां दा गिफ्ट सीगा दूजा कल वाला जिहड़ा सीगा मनरीत नूं ओह दे के आ गए सी गिफ्ट आप मेरे नाल आ अनमोल ते मनवीर भाजी हुणे मेरे नाल अज नहीं आ क्योंकि उन्हां नूं थोड़ा कम नाल आ मेरे पुनीत पाल सिंह जी इन्हां दा घर हरदोशनिया रोड ते ही आ ते इह साडे नाल अज जाणगे ते हुण जा के उत्थे वेखने आ कि किदां दा माहौल हुंदा ते बणे रहो साडे नाल इस व्लॉग दे विच उपर ਅਸੀਂ ਆਏ ਸੀਗੇ ਗਿਫਟ ਦੇਣ ਤੇ ਭਾਜੀ ਨੂੰ ਸਾਨੂੰ ਇਹ ਪਤਾ ਲੱਗਾ ਕਿ ਭਾਜੀ ਨੇ ਰੱਖਿਆ ਕਬੂਤਰ ਤੇ ਆਹ ਕਬੂਤਰ ਕਹਿਣ ਦੇ ਸਭ ਤੋਂ ਭੋਲਾ ਵਾ ਮਤਲਬ ਉਹਦਾ ਮੈਂ ਤੇ ਨਾਰਮਲੀ ਵੇਖੇ ਨਹੀਂ ਫੜ ਕੇ ਕਦੀ ਹਾਂ ਚ ਪਰ ਆਹ ਵਾਲਾ ਕਬੂਤਰ ਕਹਿਣ ਦੇ ਭੋਲਾ ਹੁੰਦਾ ਤੇ ਅਨਮੋਲ ਆ ਉਹ ਖਲੋਤਾ ਪਰੇ ਜਾ ਕੇ ਆ ਜਾ ਵੇਖ ਤੇ ਲੈ ਕਰੀ ਇਹ ਬੰਦਾ ਭਾਜੀ ਤਾਂ ਬੜਾ ਡਰਦਾ ਬਹੁਤ ਜ਼ਿਆਦਾ ਡਰਦਾ ਇਹ ਭਾਜੀ ਮਤਲਬ ਕਿ ਕਬੂਤਰ ਰੱਖਣ ਦੇ ਸ਼ੌਂਕੀ ਆ ਤੇ ਮਤਲਬ ਕਿ ਪ੍ਰਾਈਜ਼ ਵੀ ਭਾਜੀ ਨੂੰ ਕਾਫੀ ਮਿਲੇ ਆ ਮਤਲਬ ਕਿ ਜਿੱਦਾਂ ਮਕੇਰੀਆਂ ਤੋਂ ਮਿਲੇ ਹੋਰ ਭਾਜੀ ਕਿੱਥੋਂ ਵਾਲਾ ਇੱਕ ਮਿਲਿਆ ਸੀਗਾ ਵਾਟਾ ਜਲੰਧਰ ਤੋਂ ਮਿਲੇ ਮਤਲਬ ਕਾਫੀ ਵਧੀਆ ਕਰ ਰਹੇ ਆ ਭਾਜੀ ਇਹਨਾਂ 'ਚ ਵੀ ਤੇ ਇਹ ਮਤਲਬ ਮਾਰਦੇ ਮੋਰਦੇ ਨਹੀਂ ਉਦੋਂ ਨਹੀਂ ਚੁੰਝਾ ਚੰਝਾ ਨਹੀਂ ਮਾਰਦੇ ਅੱਛਾ ਡਰਨ ਗਏ ਤੇ ਨਹੀਂ ਨਹੀਂ ਡਰਦੇ ਅਮੋਲ ਵੇਖਣਾ ਹੀ ਅਮੋਲ ਪਿੱਛੇ ਹੋ ਗਏ ਵੇਖਣਾ लाल डब्बे कह दें मान लो जे मेनू कोई 20,000 भी कहूगा तां भी नहीं दिंदा ਵਧੀਆ ਭਾਜੀ ਸੇ ਤੇ ਇਹੋ ਅੱਗੇ ਦੇ ਬੱਚੇ ਹੀ ਆ ਉਹ ਦੋਨੇ ਇਹਦੇ ਵਰਗੇ ਜਿਹੜੇ ਹਾਂ ਉਹ ਪਰਲੀ ਸਾਈਡ ਜਿਹੜੇ ਹਨ ਇਹਦੇ ਬੱਚੇ ਹੋ ਦੋਨੇ ਇਹਨਾਂ ਦੇ ਪੈਰ 'ਚ ਕੀ ਪਾਇਆ ਵਾ ਇਹ ਨਾ ਰਿੰਗਾਂ ਹੁੰਦੀਆਂ ਨੇ ਛੋਟੀ ਛੋਟੀਆਂ ਉਹ ਕਦੇ ਵਾਸਤੇ ਇਹ ਵੈਸੇ ਮੈਂ ਤੇ ਵੈਸੇ ਪਾਈਆਂ ਨੇ ਜਿੱਦਾਂ ਹੁਣ ਇਹ ਬੱਚੇ ਨੇ ਸੇਮ ਕਲਰ ਦੇ ਕੱਢੇ ਨਾ ਅੱਗੇ ਜਦੋਂ ਜ਼ਿਆਦਾ ਹੋ ਜਾਣ ਸੇਮ ਕਲਰ ਤੇ ਫਿਰ ਪਛਾਣ ਕਰਨੀ ਔਖੀ ਇਹ ਕਿਹਦੇ ਆ ਫਿਰ ਉਹ ਰਿੰਗ ਤੇ ਨਾ ਨੰਬਰ ਲਿਖ ਦਿੰਦਾ ਠੀਕ ਉਹ ਨੰਬਰ ਤੋਂ ਪਛਾਣ ਰਹਿੰਦੀ ਆ ਇਹ ਕਿਹੜੇ ਜੋੜੇ ਦਾ ਬੱਚਾ ਆ ਠੀਕ ਹੈ ਅਸੇ ਭੋਲਾ ਵਾ ਇਹ ਸਭ ਤੋਂ ਭੋਲਾ ਹੀ ਹੈ ਅੱਛਾ ਇਹਦੇ ਪੈਰ ਸਾਫ਼ ਕਰਨੇ ਪੈਂਦੇ ਇਦਾਂ ਨਾ ਇਹ ਫਿਰ ਨਾ ਬਿਮਾਰ ਹੋ ਜਾਂਦੇ ਜੇ ਨਾ ਸਫਾਈ ਕਰੀਏ ਨਾ ਕਰੀਏ ਅੱਛਾ ਇਹ ਆਪਾਂ ਬਠਿੰਡੇ ਤੋਂ ਲਿਆਂਦਾ ਵਾ ਅੱਛਾ ਜਿੱਦਾਂ ਹੁਣ ਆ ਇਹਦੇ ਪਾਰੇ ਆ ਨਾ ਦੇਖੋ ਗਲਾਈ ਚ ਨਹੀਂ ਹਾਂਜੀ ਹਾਂਜੀ ਬਿਲਕੁਲ ਇਹ ਸੌਫਟ ਨੇ ਇਹ ਚੀਜ਼ ਚੈੱਕ ਕਰਦੇ ਆਪਾਂ ਅੱਛਾ ਹਾਰਡ ਨਹੀਂ ਹੋਣੇ ਚਾਹੀਦੇ ਅੱਛਾ ਜਿੰਨੇ ਸੌਫਟ ਹੋਣਗੇ ਉਨਾ ਹੀ ਜ਼ਿਆਦਾ ਵਧੂਗਾ ਅੱਛਾ ਜਿੰਨੇ ਜੇ ਹਾਰਡ ਹੋਣਗੇ ਫੇਰ ਨਹੀਂ ਉੱਡਦੇ ਹਾਰਡ ਫਿਰ ਉਹ ਥੱਕੂਗਾ ਜ਼ਿਆਦਾ ਅੱਛਾ ਫਲੈਕਸੀਬਲ ਸਮਝ ਫਲੈਕਸੀਬਿਲਟੀ ਹਾਂ ਫਲੈਕਸੀਬਿਲਟੀ ਜਿੰਨੀ ਇਹਦੇ ਪਰ ਦੇ ਵਿੱਚ ਹੋਊਗੀ ਨਾ ਇਹਨੂੰ ਥਕਾਵਟ ਨਹੀਂ ਹੋਊਗੀ ਤੇ ਇਹ ਅਨਮੋਲ ਲਾ ਕੇ ਵੇਖ ਹੱਥ ਇਹ ਭਰਾਵਾ ਬੰਦਾ ਡਾ ਬੜਾ ਡਰਦਾ ਇਹ ਬਿਲਕੁਲ ਭੋਲਾ ਹੈ ਅੱਛਾ ਬਿਲਕੁਲ ਜਿੱਦਾਂ ਮਰਜ਼ੀ ਨੂੰ ਫੜ ਲਓ ਤੁਸੀਂ ਫੜ ਲਓ ਬੇਸ਼ੱਕ ਉੱਡੂਗਾ ਤਾਂ ਨਹੀਂ ਨਹੀਂ ਉੱਡਦਾ ਫੜ ਲਓ ਛੱਡਿਓ ਬੱਲੇ ਪਹਿਲੀ ਵਾਰੀ ਵੜਿਆ ਭਾਈ ਮੈਂ ਕਬੂਤਰ ਇਧਰੋਂ ਇਹ ਸਾਹ ਮੜਾ ਜਾ काफी रखे फोकस नहीं हो रहा अंदर हाँ जी
चीने कबूतर वर्गा ना ये नहीं चीने ओ देखो जोड़ा चीने वाला बेटा अच्छा ओ अंदर यार ठीक है ठीक है ठीक है मैं तुम्हें ना पिंजरे च पा देना फिर वीडियो बना ले हां जी हां जी बनाओ बनाओ चलो 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 अनमोल चलो 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 अनमोल तो जाना जिम करना अनमोल लोग कारी है जिम जाने दे और नहीं कुछ पनीर मोड़ो कि ओके भाजी दो जाए तो तुम हम क्लिप ले ली एक लास्ट ओके जी कि आते बड़ा मारिया करो कि ठीक है जी हाँ जी हाँ जी अच्छा उन्होंने तो अगे आ जाओ पता ठीक है भाजी ओके जी टेंशन भाजी ने कहना भी कबूतर अंदर कर ले उन्हें कर लेने आप ही ओके भाजी ਇਹ ਜੀ ਮੈਂ ਅਨਮੋਲ ਨੂੰ ਕਿਹਾ ਵਾ ਵੀ ਤੂੰ ਨਾ ਇੱਕ ਕਲਿੱਪ ਰਿਕਾਰਡ ਕਰ ਕਿਉਂਕਿ ਮੈਂ ਡਰਾਈਵਿੰਗ ਕਰਨ ਡਿਆ ਵਾ ਤੇ ਮੈਂ ਕਿਤੇ ਨਾ ਮੂੰਹ ਨਹੀਂ ਆਉਂਦਾ ਮੈਂ ਕਰਨ ਡਿਆ ਵਾ ਡਰਾਈਵ ਤੇ ਮੈਂ ਅਨਮੋਲ ਨੂੰ ਕਿਹਾ ਮੈਂ ਵੀ ਤੂੰ ਕਲਿੱਪ ਬਣਾ ਭਲਾ ਕਿਦਾਂ ਦਾ ਬਣਦਾ ਵਾ ਤੇ ਇਹਦੇ ਕੈਮਰਾ ਵੇਖਿਓ ਕਿਹੜੇ ਹਿਸਾਬ ਨਾਲ ਫੜਿਆ ਤੇ ਲਓ ਜੀ ਗਿਫਟ ਦੇ ਕੇ ਆਪਾਂ ਆ ਗਏ ਆ ਵਾਪਸ ਤੇ ਬਹੁਤ ਹੀ ਵਧੀਆ ਲੱਗਿਆ ਭਾਜੀ ਦਾ ਸੁਭਾਅ ਮਤਲਬ ਕਿ ਭੈਣਜੀ ਦਾ ਸੁਭਾਅ ਦੋਨਾਂ ਦਾ ਬਹੁਤ ਹੀ ਵਧੀਆ ਸੀਗਾ ਤੇ ਮਤਲਬ ਬਹੁਤ ਹੀ ਮਿਲਨਸਾਰ ਬੰਦੇ ਸੀਗੇ ਤੇ ਭਾਜੀ ਨੇ ਅਸਲ ਜਿਹੜੇ ਕਬੂਤਰ ਰੱਖੇ ਸੀ ਉਹ ਤੇ ਬਹੁਤੇ ਹੀ ਜ਼ਿਆਦਾ ਸੋਹਣੇ ਸੀਗੇ ਤੇ ਅਸੀਂ ਕਬੂਤਰ ਵੀ ਦੇਖੇ ਤੇ ਭਾਜੀ ਹੁਣਾਂ ਨੂੰ ਮਿਲੇ ਤੇ ਸਾਨੂੰ ਪਰਸਨਲੀ ਬਹੁਤ ਹੀ ਵਧੀਆ ਲੱਗਾ ਮਿਲ ਕੇ ਉਹਨਾਂ ਨੂੰ ਆਪਣੇ ਪਿੰਡ ਪਹੁੰਚ ਚੁੱਕੇ ਆ ਤੇ ਰੌਣਕਾਂ ਬਹੁਤ ਸਾਰੀਆਂ ਲੱਗੀਆਂ ਨੇ ਮਤਲਬ ਕਾਫੀ ਜ਼ਿਆਦਾ ਰੌਣਕਾਂ ਜਿਹੜੀਆਂ ਲੱਗੀਆਂ ਮੁੰਡੇ ਘੁੰਮ ਰਹੇ ਆ ਦੁਕਾਨਾਂ ਸਜੀਆਂ ਆਈਆਂ ਨੇ ਹੈ ਮੋਲੇ ਪਰ ਅਨਮੋਲ ਦਾ ਨਾ ਹੁਣ ਪਲਾਨ ਪਤਾ ਕੀ ਬਣ ਰਿਹਾ ਵਾ ਅੱਜ ਨਾ ਅਸੀਂ ਗਏ ਹਾਂ ਮਨਵੀਰ ਭਾਜੀ ਕੋਲ ਅਸੀਂ ਗਏ ਸੀ ਮਨਵੀਰ ਭਾਜੀ ਕੋਲ ਉਥੋਂ ਆਉਂਦੇ ਹੁੰਦੇ ਨਾ ਹਰਚੋ ਵਾਲੋ ਇਹਨੇ ਮਾਸੜਾ ਆਪਣੇ ਕੋਲ ਉਹਨਾਂ ਲੱਲੇ ਪਟਾਕੇ ਲਾਈਟਾਂ ਵੀ ਲੈਣੀਆਂ ਮਤਲਬ ਚਲੋ ਲਾਈਟ ਤੇ ਸਾਡੀ ਉੱਥੇ ਰਹਿ ਗਈ ਤੇ ਇਹ ਹੁਣ ਕਹਿ ਰਿਹਾ ਸੀ ਅੱਜ ਮਤਲਬ ਕੀ ਕਹਿਣੇ ਵਾਲਾ ਦੱਸੀ ਮੈਂ ਕਹਿਣਿਆ ਹਾਂ ਹਾਂ ਉਹਦੇ ਚੱਲ ਪਟਾਕੇ ਲੈਣੇ ਆ ਠੀਕ ਆ ਉਧਰ ਟੁਆਲੇ ਪਟਾਕੇ ਹੋ ਗਏ ਅੱਛਾ ਤੇ ਹੁਣ ਗੁਰਦਾਸਪੁਰੋਂ ਵੀ ਲੈ ਲੈਣੀ ਆ ਠੀਕ ਆ ਜੀ ਤੇ ਗੁਰਦਾਸਪੁਰੋਂ ਚੱਪਲਾਂ ਨਹੀਂ ਮਿਲਦੀਆਂ ਨਹੀਂ ਨਹੀਂ ਹੁਣ ਕਿਉਂ ਆਈ ਨੂੰ ਨਾ ਲਿਆ ਫਿਰ ਗੁਰਦਾਸਪੁਰੋਂ ਨੂੰ ਗੱਲ ਨਹੀਂ ਲਾ ਦੇ ਠੀਕ ਆ ਜੀ ਠੀਕ ਆ ਉਹ ਤਾਂ ਮੈਂ ਤੁਹਾਨੂੰ ਦੱਸੂਗਾ ਚੰਗੀ ਤਰ੍ਹਾਂ ਕਿਉਂ ਨਰਾਜ਼ ਕਾਂਡਿਆ ਚਲੋ ਜੀ ਦੀਵਾਲੀ ਦਾ ਵਲੌਗ ਵੀ ਪਾਵਾਂਗੇ ਆਪਾਂ ਇਸ ਵੀਡੀਓ ਤੋਂ ਬਾਅਦ ਮਤਲਬ ਦੀਵਾਲੀ ਤੋਂ ਨੈਕਸਟ ਡੇ ਪਾਵਾਂਗੇ ਹੁਣ ਇਹ ਜਿਹੜਾ ਵਲੌਗ ਆ ਇਹ ਅਸੀਂ ਕਰ ਰਹੇ ਹਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੇ ਦੀਵਾਲੀ ਦੇ ਉੱਤੇ ਪਏਗਾ ਤੇ ਉਸ ਤੋਂ ਬਾਅਦ ਅਸੀਂ ਦੀਵਾਲੀ ਦਾ ਵਲੌਗ